ਮੁਕਤਸਰ ਦੀ ਜੰਗ ਫਤਿਹ ਕਰਨ ਉਪਰੰਤ ਜਦੋਂ ਜੰਗੀ ਕਮਰ ਕਸਾ ਖੋਲ੍ਹ ਕੇ ਗੁਰੂ ਸਾਹਿਬ ਅਬ ਦਰਬਾਰ ਦਮਦਮਾ ਹੈ ਜਹਾਂ ਤੰਬੂ ਲਗਾਏ ਕਿ ਗੁਰ ਤਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਜਿਹੜੀ ਲਿਖਾਈ ਹੁੰਦੀ ਸੀਗੀ ਅਤੇ ਜਿਹੜੀਆਂ ਉਹਨਾਂ ਦੀਆਂ ਕਲਮਾਂ ਘਸ ਜਾਂਦੀਆਂ ਸਨ ਜੀ, ਅਤੇ ਉਹਨਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀ ਔਰ ਦੂਸਰੀ ਵਾਰ ਨਹੀਂ ਕੱਢਿਆ ਜਾਂਦਾ ਸੀਗਾ ਜੀ ਜੋ ਇੱਕ। ਅਤੇ ਗੁਰੂ ਸਾਹਿਬ ਦਾ ਜਿਹੜਾ ਇਹ ਹੁਕਮ ਹੋਇਆ ਸੀਗਾ ਜੀ, ਅਤੇ ਜਿਹੜੇ ਬੱਚੇ ਇੱਥੋਂ ਦੇ ਜਿਹੜੇ ਗੁਰਸਿੱਖ ਅਤੇ ਜਾਂ ਜਿਹੜੇ ਗੁਣੀ ਗਿਆਨੀ ਪੈਦਾ ਹੋਣਗੇ ਜੀ, ਅਤੇ ਅੱਜ ਆਪਾਂ ਦਰਸ਼ਨ ਕਰਨ ਦੇ ਲਈ ਆਏ ਹੋਏ ਹਾਂ ਗੁਰਦੁਆਰਾ ਲਿਖਨਸਰ ਸਾਹਿਬ, ਅਤੇ ਇਸ ਦੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਅਤੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਰਨ ਛੋਹ ਸਥਾਨ, ਅਤੇ ਉਹਨਾਂ ਨੇ ਇਸ ਸਥਾਨ ਦੇ ਉੱਪਰ ਕੀ ਮਹਾਰਾਜ ਨੇ ਕੌਤਕ ਵਰਤਾਏ ਸੀ, ਕੀ ਕੁਛ ਇਸ ਸਥਾਨ ਦੇ ਉੱਪਰ ਕੀਤਾ ਸੀ, ਔਰ ਇਸ ਇਤਿਹਾਸਕ ਜੋ ਸਰੋਵਰ ਹੈ ਅਤੇ ਇਹਦੇ ਬਾਰੇ ਆਪਾਂ ਤੁਹਾਨੂੰ ਪੂਰੀ ਜਿਹੜੀ ਡਿਟੇਲ ਦੇ ਵਿੱਚ ਇਤਿਹਾਸ ਦੀ ਜਾਣਕਾਰੀ ਦੇਵਾਂਗੇ ਅਤੇ ਗੁਰੂ ਮਹਾਰਾਜ ਨੇ ਇਸ ਸਥਾਨ 'ਤੇ ਕਿੰਨਾ ਸਮਾਂ ਬਿਤਾਇਆ ਔਰ ਕੀ ਇਸ ਸਥਾਨ ਦੇ ਉੱਪਰ ਕੀਤਾ ਸੀਗਾ ਜੀ, ਉਹ ਤੁਹਾਨੂੰ ਆਪਾਂ ਹੁਣ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਅਤੇ ਗੁਰਦੁਆਰਾ ਲਿਖਨਸਰ ਸਾਹਿਬ ਪਾਤਸ਼ਾਹੀ ਦਸਵੀਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਕਤਸਰ ਦੀ ਜੰਗ ਫਤਿਹ ਕਰਨ ਉਪਰੰਤ ਜਦੋਂ ਜੰਗੀ ਕਮਰ ਕਸਾ ਖੋਲ੍ਹ ਕੇ ਗੁਰੂ ਸਾਹਿਬ ਇਸ ਸਥਾਨ 'ਤੇ ਆ ਕੇ ਦਮ ਲਿਆ ਸੀਗਾ ਜੀ, ਅਤੇ ਇਸ ਦਾ ਨਾਮ ਦਮਦਮਾ ਸਾਹਿਬ ਦੇ ਨਾਲ ਪ੍ਰਸਿੱਧ ਹੋਇਆ ਸੀਗਾ ਜੀ। ਅਤੇ ਉਸ ਤੋਂ ਬਾਅਦ ਜਦੋਂ ਇਸ ਸਥਾਨ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੌਵੇਂ ਪਾਤਸ਼ਾਹੀ ਦੀ ਬਾਣੀ, ਨੌਵਾਂ ਮਹੱਲਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸ਼ਾਮਿਲ ਕਰਵਾਉਂਦੇ ਹੋਏ ਅਤੇ ਜਿਹੜਾ ਪੂਰਾ ਗੁਰੂ ਗ੍ਰੰਥ ਸਾਹਿਬ ਜਿਹੜੀ ਇੱਥੇ ਰਚਨਾ ਹੋਈ ਅਤੇ ਭਾਈ ਮਣੀ ਸਿੰਘ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਵਾ ਕੇ ਬੀੜ ਸੰਪੂਰਨ ਕਰਵਾਉਣ ਉਪਰੰਤ ਇੱਥੇ ਜੀ ਭਾਦੋਂ ਦੇ ਵਿੱਚ ਜਿਹੜਾ ਤਿੰਨ ਦਿਨਾਂ ਦਾ ਸਮਾਗਮ ਹੋਇਆ ਸੀਗਾ ਜੀ, ਅਤੇ ਉਦੋਂ ਇਸ ਸਥਾਨ ਦੇ ਉੱਪਰ ਅਬ ਦਰਬਾਰ ਦਮਦਮਾ ਹੈ ਜਹਾਂ ਤੰਬੂ ਲਗਾਏ ਕਿ ਗੁਰ ਤਹਾਂ, ਮਣੀ ਸਿੰਘ ਲਿਖਣ ਬੈਠ ਕੇ ਗੁਰੂ ਨਾਨਕ ਧਿਆਨ ਧਰ ਕੇ ਨਿੱਤ ਪੱਤਰ ਗੁਰੂ ਉਚਾਰੀ ਜੈਸੇ, ਬਾਣੀ ਲਿਖੀ ਮਣੀ ਸਿੰਘ ਤੈਸੇ। ਅਤੇ ਉਦੋਂ ਗੁਰੂ ਸਾਹਿਬ ਨੇ ਇਸ ਸਥਾਨ ਦੇ ਉੱਪਰ ਜਿਹੜੀ ਬਾਣੀ ਲਿਖਵਾਈ ਸੀਗੀ ਜੀ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਜਿਹੜੀ ਲਿਖਾਈ ਹੁੰਦੀ ਸੀਗੀ ਅਤੇ ਜਿਹੜੀਆਂ ਉਹਨਾਂ ਦੀਆਂ ਕਲਮਾਂ ਘਸ ਜਾਂਦੀਆਂ ਸਨ ਜੀ, ਅਤੇ ਉਹਨਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀ ਔਰ ਦੂਸਰੀ ਵਾਰ ਨਹੀਂ ਕੱਢਿਆ ਜਾਂਦਾ ਸੀਗਾ ਜੀ, ਜੋ ਇੱਕ ਕਲਮ ਘਸ ਜਾਂਦੀ ਸੀ ਉਸਨੂੰ ਦੂਰੀ ਵਾਰ ਨਹੀਂ ਕੱਢਿਆ ਜਾਂਦਾ ਸੀ, ਉਸ ਕਲਮ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀਗਾ ਜੀ। ਬਚੀਆਂ ਹੋਈਆਂ ਜਿਹੜੀਆਂ ਕਲਮਾਂ ਸੀ ਉਹਨਾਂ ਨੂੰ ਇੱਥੇ ਸੰਭਾਲ ਕੇ ਰੱਖਿਆ ਗਿਆ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਲਿਖਾਈ ਹੋ ਚੁੱਕੀ ਸੀ ਉਸ ਤੋਂ ਬਾਅਦ ਜਿਹੜੀ ਬਚੀ ਹੋਈ ਸਿਆਹੀ ਸੀਗੀ ਜੀ, ਅਤੇ ਉਹ ਇਸ ਸਰੋਵਰ ਦੇ ਵਿੱਚ ਪਾ ਦਿੱਤੀ ਗਈ ਸੀਗੀ ਜੀ, ਅਤੇ ਬਚਨ ਕੀਤਾ ਸੀਗਾ ਜੀ ਗੁਰੂ ਸਾਹਿਬ ਨੇ, ਅਤੇ ਉਹਦੇ ਬਾਰੇ ਬਚਨ ਕੀਤਾ ਸੀ ਇਹ ਹੈ ਪ੍ਰਗਟ ਹਮਾਰੀ ਕਾਸ਼ੀ ਪੜੈ ਇਹਾਂ ਢੋਰ ਮਤ ਰਾਸੀ, ਲੇਖਕ ਗੁਣੀ ਕਵਿੰਦ ਗਿਆਨੀ ਬੁੱਧ ਸਿੰਧ ਹੈ ਇਤ ਆਨੀ, ਤਿੰਨ ਕਾਰਨ ਕਲਮ ਕੇ ਘੜ ਦੇਤ ਪ੍ਰਗਟ ਹਮਡਾਰ ਸਿੱਖ ਸਖਾ ਇਤ, ਪੜ੍ਹੇਂਗੇ ਹਮਰੇ ਕਈ ਹਜ਼ਾਰ। ਵੀ ਇੱਥੋਂ ਜਿਹੜੇ ਗੁਰਸਿੱਖ ਪੈਦਾ ਹੋਣਗੇ ਅਤੇ ਜਿਹੜੇ ਇੱਥੇ ਗੁਣੀ ਗਿਆਨੀ ਪੈਦਾ ਹੋਣਗੇ ਜੀ, ਅਤੇ ਮਹਾਨ ਜਿਹੜਾ ਸਥਾਨ ਹੈ ਦਮਦਮਾ ਸਥਾਨ ਗਿਆਨ ਦਾ ਕੇਂਦਰ ਹੋਵੇਗਾ, ਅਤੇ ਜਿਹੜੀ ਗੁਰੂ ਦੀ ਕਾਸ਼ੀ ਉਸੇ ਸਮੇਂ ਤੋਂ ਬਣੀ ਗਈ ਜਿਹੜੀ ਗੁਰੂ ਦੀ ਕਾਸ਼ੀ ਹੈ ਜੀ, ਅਤੇ ਪਹਿਲਾਂ ਜਿਹੜੀ ਬਨਾਰਸ ਦੇ ਵਿੱਚ ਕਾਸ਼ੀ ਸੀਗੀ ਜੀ, ਅਤੇ ਉੱਥੇ ਨਿਰਮਲੇ ਸਿੰਘਾਂ ਨੂੰ ਜਿਹੜਾ ਭੇਜਿਆ ਗਿਆ ਸੀਗਾ ਗੁਰੂ ਸਾਹਿਬ ਨੇ ਪਾਉਂਟਾ ਸਾਹਿਬ ਦੀ ਧਰਤੀ ਤੋਂ ਜਦੋਂ
ਗਿਆਨ ਪ੍ਰਾਪਤ ਕਰਨ ਦੇ ਲਈ ਜਾਂ ਉਦੋਂ ਦੀ ਬੋਲੀ ਸੰਸਕ੍ਰਿਤ ਨੂੰ ਸਿੱਖਣ ਦੇ ਲਈ ਭੇਜੇ ਗਿਆ ਸੀ ਅਤੇ ਉਹ ਵੀ ਸਿੰਘ ਜਿਹੜੇ ਸੀਗੇ ਉਹ ਵੀ ਇੱਥੇ ਆਏ ਹੋਏ ਸਨ ਜੀ ਅਤੇ ਉਦੋਂ ਫਿਰ ਗੁਰੂ ਸਾਹਿਬ ਨੇ ਜਿਹੜਾ 3 ਦਿਨਾਂ ਦਾ ਸਮਾਗਮ ਹੋਇਆ ਸੀ ਜੀ ਉਦੋਂ ਇਸ ਸਥਾਨ ਦੇ ਉੱਪਰ ਜਿਹੜੀ ਬਚੀ ਹੋਈ ਸਿਆਹੀ ਸੀਗੀ ਜੀ ਅਤੇ ਉਹ ਇਸ ਸਥਾਨ ਦੇ ਵਿੱਚ ਪਾ ਦਿੱਤੀ ਗਈ ਸੀਗੀ ਜੀ ਅਤੇ ਤੁਸੀਂ ਦੇਖ ਸਕਦੇ ਹੋ ਅਤੇ ਇਹ ਜਿਹੜਾ ਸਰੋਵਰ ਹੁਣ ਮਤਲਬ ਇਹਦੀ ਸੇਵਾ ਕਰਨ ਦੀ ਜਿਹੜਾ ਗਾਰਾ ਵਗੈਰਾ ਹੈ ਉਹਨੂੰ ਕੱਢਣ ਦੇ ਲਈ ਇਹ ਕੀਤਾ ਗਿਆ ਜੀ ਅਤੇ ਇਸ ਸਥਾਨ ਦੇ ਉੱਪਰ 35 ਲਿਖਦੇ ਹਨ ਜੀ ਇਹ ਬੱਚੇ ਤੁਹਾਨੂੰ ਇੱਥੇ ਦਿਖਾਵਾਂਗੇ ਜਿਹੜੀ 35 ਲਿਖੀ ਜਾਂਦੀ ਹੈ ਜੀ ਅਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਬੱਚੇ ਲਿਖਦੇ ਹਨ ਜੀ ਅਤੇ ਗੁਰੂ ਸਾਹਿਬ ਦਾ ਜਿਹੜਾ ਇਹ ਹੁਕਮ ਹੋਇਆ ਸੀਗਾ ਜੀ ਅਤੇ ਜਿਹੜੇ ਬੱਚੇ ਇੱਥੋਂ ਦੇ ਜਿਹੜੇ ਗੁਰਸਿੱਖ ਅਤੇ ਜਾਂ ਜਿਹੜੇ ਗੁਣੀ ਗਿਆਨੀ ਪੈਦਾ ਹੋਣਗੇ ਜੀ ਅਤੇ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਸਾਰੀ ਸਿਆਹੀ ਵਗੈਰਾ ਇਸ ਸਰੋਵਰ ਦੇ ਵਿੱਚ ਪਾਈ ਗਈ ਸੀ ਔਰ ਇਹਦੀਆਂ ਕਲਮਾਂ ਵੀ ਇਸ ਸਰੋਵਰ ਦੇ ਵਿੱਚ ਪਾਈਆਂ ਗਈਆਂ ਸੀਗੀਆਂ ਜੀ ਅਤੇ ਇਹੀ ਉਹ ਸਰੋਵਰ ਆਈ ਗੁਰਦੁਆਰਾ ਲਿਖਨਸਰ ਸਾਹਿਬ ਦਾ ਅਤੇ ਉਸ ਤੋਂ ਬਾਅਦ ਇੱਕ ਇੱਥੇ ਇੱਕ ਹੋਰ ਵੱਡਾ ਸਮਾਗਮ ਹੋਇਆ ਸੀਗਾ ਜੀ ਅਤੇ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ 1706 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਸੰਪੂਰਨ ਹੋ ਚੁੱਕਿਆ ਸੀਗਾ ਜੀ ਅਤੇ ਉਦੋਂ ਇਸ ਸਥਾਨ ਦੇ ਉੱਪਰ ਗੁਰੂ ਸਾਹਿਬ ਨੇ ਅਰਥਾਂ ਸਮੇਤ ਜਿਹੜਾ ਕਰਵਾਇਆ ਸੀਗਾ ਜੀ ਮਤਲਬ ਉਹਦਾ ਸੰਪੂਰਨ ਦੱਸਿਆ ਗਿਆ ਸੀਗਾ ਵੀ ਇੱਕ ਇੱਕ ਅਰਥ ਬਾਰੇ ਦੱਸਿਆ ਗਿਆ ਗੁਰੂ ਸਾਹਿਬ ਨੇ ਇਸ ਜਿਹੜੇ ਇੱਥੇ ਸਥਾਨ ਦੇ ਉੱਪਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਿਹੜਾ ਲਿਖਨਸਰ ਗੁਰਦੁਆਰਾ ਸਾਹਿਬ ਹੈ ਜੀ ਇਸ ਸਥਾਨ ਦੇ ਉੱਪਰ ਗੁਰੂ ਸਾਹਿਬ ਨੇ ਅਰਥ ਕਰਕੇ ਦੱਸੇ ਸਨ ਜੀ ਅਤੇ ਉਹਦੇ ਵਿੱਚ ਜਿਹੜੇ ਸਿੰਘ ਸੀਗੇ ਉਹਨਾਂ ਦੇ ਨਾਮ ਤੁਸੀਂ ਦੇਖ ਸਕਦੇ ਹੋ ਭਾਈ ਮਣੀ ਸਿੰਘ ਜੀ ਭਾਈ ਬਾਬਾ ਦੀਪ ਸਿੰਘ ਜੀ ਬਾਬਾ ਰਾਮ ਸਿੰਘ ਜੀ ਕੋਇਰ ਜੋ ਬਾਬਾ ਬੁੱਢਾ ਸਿੰਘ ਜੀ ਵੰਸ਼ ਦੇ ਵਿੱਚੋਂ ਹੈ ਜੀ ਅਤੇ ਬਾਬਾ ਕਾਹਨ ਸਿੰਘ ਜੀ ਬਾਬਾ ਵਿਨੋਦ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਭਾਈ ਦਾਨ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਪਰਮ ਸਿੰਘ ਜੀ ਸ਼ਮੀਰ ਸਿੰਘ ਜੀ ਨੰਦ ਸਿੰਘ ਜੀ ਧੰਨਾ ਸਿੰਘ ਜੀ ਭਾਈ ਦਇਆ ਸਿੰਘ ਜੀ ਭਾਈ ਭੀਵਾ ਜੀ ਭਾਈ ਪਿਆਰਾ ਜੀ ਭਾਈ ਵੀਰ ਸਿੰਘ ਜੀ ਭਾਈ ਧੀਰ ਸਿੰਘ ਜੀ ਭਾਈ ਸੁੰਦਰ ਸਿੰਘ ਜੀ ਭਾਈ ਅਮਰ ਸਿੰਘ ਜੀ ਭਾਈ ਤਾਰਾ ਸਿੰਘ ਜੀ ਭਾਈ ਜਗਜੀਵਨ ਸਿੰਘ ਜੀ ਭਾਈ ਗੋਪਾਲ ਸਿੰਘ ਜੀ ਭਾਈ ਧਿਆਨ ਸਿੰਘ ਜੀ ਭਾਈ ਬਸੰਬਰ ਸਿੰਘ ਜੀ ਭਾਈ ਹਰਗੋਪਾਲ ਸਿੰਘ ਜੀ ਉਜੈਨ ਤੋਂ ਆਏ ਸੀਗੇ ਜੀ ਅਤੇ ਭਾਈ ਮਾਨ ਸਿੰਘ ਜੀ ਚੋਰਬਦਾਰ ਸੀਗੇ ਮਤਲਬ ਜਿਹੜਾ ਰਖਵਾਲੀ ਕਰਦੇ ਸਨ ਮੌਕੇ 'ਤੇ ਪਹਿਰੇਦਾਰ ਵੀ ਹੁੰਦੇ ਸਨ ਜੀ ਅਤੇ ਭਾਈ ਰਾਮ ਰਾਏ ਜੀ ਅਤੇ ਭਾਈ ਮੱਖਣ ਸਿੰਘ ਜੀ ਭਾਈ ਮਦਨ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਸੁਜਾਨ ਸਿੰਘ ਜੀ ਉਹ ਰੋਪੜ ਤੋਂ ਆਏ ਸਨ ਜੀ ਅਤੇ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਅਤੇ ਤੁਹਾਨੂੰ ਨਾਮ ਵੀ ਦਿਖ ਜਾਣੇ ਜੀ ਅਤੇ ਸੁਜਾਨ ਸਿੰਘ ਜੀ ਭਾਈ ਜੀਵਨ ਸਿੰਘ ਜੀ ਭਾਈ ਅਕਾਲ ਸਿੰਘ ਜੀ ਭਾਈ ਪ੍ਰਿਤਪਾਲ ਸਿੰਘ ਜੀ ਭਾਈ ਦਿਆਲ ਸਿੰਘ ਜੀ ਭਾਈ ਬਖਤਾਵਰ ਸਿੰਘ ਜੀ ਭਾਈ ਦੇਵਾ ਸਿੰਘ ਜੀ ਭਾਈ ਮੇਵਾ ਸਿੰਘ ਜੀ ਭਾਈ ਧਿਆਨ ਸਿੰਘ ਜੀ ਭਾਈ ਅਚਲ ਸਿੰਘ ਜੀ ਭਾਈ ਜੈ ਸਿੰਘ ਜੀ ਇਹ ਜੈਪੁਰ ਦਾ ਰਾਜਾ ਹੋਇਆ ਜੀ ਉਹ ਵੀ ਆਇਆ ਸੀਗਾ ਇੱਥੇ ਜੀ ਭਾਈ ਬਿਸ਼ਨ ਸਿੰਘ ਜੀ ਉਹ ਵੀ ਰਾਜਾ ਸੀਗਾ ਜੋਧਪੁਰ ਦਾ ਜੀ ਅਤੇ ਭਾਈ ਭਾਗ ਸਿੰਘ ਜੀ ਭਾਈ ਵਸਾਵਾ ਸਿੰਘ ਜੀ ਭਾਈ ਘਣੀਆ ਸਿੰਘ ਜੀ ਅਤੇ ਭਾਈ ਰਾਮ ਸਿੰਘ ਜੀ ਭਾਈ ਤਰਲੋਕ ਸਿੰਘ ਜੀ ਅਤੇ ਭਾਈ ਮਲਿਆਗਰ ਸਿੰਘ ਜੀ ਜੋ ਲੰਗਰ ਸਿੰਘ ਦੇ ਨਾਮ ਨਾਲ ਪ੍ਰਸਿੱਧ ਹੋਇਆ ਜੀ ਅਤੇ ਨਿਰਮਲੇ ਸਿੰਘ ਸੀਗੇ ਜੀ ਉਹ ਅਤੇ ਇਹਦੇ ਵਿੱਚ ਕਾਫੀ ਰਾਜੇ ਸੀਗੇ ਇਹਦੇ ਵਿੱਚ ਤੁਹਾਨੂੰ ਦੱਸਦੇ ਵੀ ਕਿੱਥੋਂ ਕਿੱਥੋਂ ਲੋਕ ਇੱਥੇ ਆਏ ਸੀਗੇ ਸਿੰਘ ਆਏ ਸੀਗੇ ਜਿਹੜੇ ਭਾਈ ਨੰਦ ਲਾਲ ਜੀ ਵੀ ਸੀਗੇ ਇਹਦੇ ਵਿੱਚ ਗਜ਼ਲਾਂ ਦੇ ਸੀਗੇ ਜਿਹੜੇ ਨੰਦ ਸਿੰਘ ਬਣੇ ਸੀਗੇ ਉਹ ਵੀ ਲੇਖ ਗਜ਼ਲਾਂ ਦੇ ਲੇਖਕ ਅਤੇ ਅੰਬਾਲਾ ਅੰਮ੍ਰਿਤਸਰ ਉਜੈਨ ਅਤੇ ਰਾਵਲਪਿੰਡੀ ਤੋਂ ਗੋਇੰਦਵਾਲ ਸਾਹਿਬ ਤੋਂ ਇਸ ਸਥਾਨ ਤੋਂ ਜਿਹੜੇ ਆ ਕੇ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਗੁਰੂ ਸਾਹਿਬ ਨੇ ਅਰਥਾਂ ਸਮੇਤ
ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰਵਾਉਣਾ ਕਹਿ ਸਕਦੇ ਹੋ ਤੁਸੀਂ, ਜਾਂ ਉਹਨਾਂ ਨੂੰ ਅਰਥ ਦੱਸਣੇ ਕੀਤੇ ਸੀਗੇ ਜੀ ਉਹਨਾਂ 48 ਸਿੰਘਾਂ ਨੂੰ ਜੀ, ਅਤੇ ਉਸ ਸਮੇਂ ਇਸ ਸਥਾਨ ਦੇ ਉੱਪਰ ਗੁਰਦੁਆਰਾ ਲਿਖਣਸਰ ਦੇ ਉੱਪਰ ਜਿਹੜੀ ਬਚੀ ਸ਼ਾਹੀ ਸੀਗੀ ਉਹ ਇਸ ਸਰੋਵਰ ਦੇ ਵਿੱਚ ਜਿਹੜੀ ਪਾ ਦਿੱਤੀ ਗਈ ਸੀਗੀ ਜੀ, ਅਤੇ ਬਾਕੀ ਜਿਹੜਾ ਤੁਸੀਂ ਇੱਥੋਂ ਦੇ ਦਰਸ਼ਨ ਕਰਵਾਏ ਤੁਹਾਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਿਹੜਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਸਾਹਮਣੇ ਹੈ ਜੀ, ਤਖ਼ਤ ਸੂਰਜ ਕਰਕੇ ਸ਼ਾਇਦ ਨਾਂ ਦਿਖਦਾ ਹੋਵੇ ਜੀ, ਅਤੇ ਇਹ ਤੁਹਾਨੂੰ ਦਰਸ਼ਨ ਕਰਵਾਏ ਆਪਾਂ ਜੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਨਾਲ ਗੁਰਦੁਆਰਾ ਲਿਖਣਸਰ ਸਾਹਿਬ, ਅਤੇ ਇਸੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਦਰਸ਼ਨ ਕਰਨ ਦੇ ਲਈ ਆਏ ਸੀ ਇੱਥੇ ਪਟਨਾ ਸਾਹਿਬ ਤੋਂ ਚੱਲ ਕੇ ਆਪਾਂ ਗੁਰੂ ਮਹਾਰਾਜ ਦੀ ਚਰਨ ਛੋਹ ਸਥਾਨ, ਅਤੇ ਇੱਥੇ ਮਹਾਰਾਜ ਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਚ ਜਿਹੜੀ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ, ਔਰ ਧੀਰ ਮੱਲੀਆਂ ਨੇ ਜਿਹੜੀ ਬੀੜ ਵੀ ਨਹੀਂ ਦਿੱਤੀ ਸੀ, ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਇਸ ਨੇ ਸਾਰੀ ਬਾਣੀ ਵੀ ਰਚੀ ਸੀ ਔਰ ਜਿਹੜੀ ਨੌਵੇਂ ਪਾਤਸ਼ਾਹੀ ਬਾਣੀ ਵੀ ਦਰਜ ਕੀਤੀ ਸੀਗੀ ਜੀ। ਅਤੇ ਆਪਾਂ ਤੁਹਾਨੂੰ ਇੱਕ ਪਹਿਲਾਂ ਵੀ ਜਿਹੜੇ ਗੁਰੀ ਕਈ ਗੁਰੂ ਗ੍ਰੰਥ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਏ ਹਨ, ਅਤੇ ਉਹ ਪਹਿਲਾਂ ਵੀ ਲਿਖੇ ਸਨ ਗੁਰੂ ਸਾਹਿਬ ਨੇ, ਅਤੇ ਉਹਦੇ ਵਿੱਚ ਨੌਵੇਂ ਪਾਤਸ਼ਾਹੀ ਦੀ ਬਾਣੀ ਨਹੀਂ ਸੀਗੀ ਜੀ, ਅਤੇ ਇੱਥੇ ਆ ਕੇ ਗੁਰੂ ਸਾਹਿਬ ਨੇ ਨੌਵੇਂ ਪਾਤਸ਼ਾਹੀ ਦੀ ਬਾਣੀ ਨੂੰ ਵਿੱਚ ਦਰਜ ਕੀਤਾ ਜੀ। ਸੰਗਤ ਜੀ, ਤੁਹਾਨੂੰ ਦਰਸ਼ਨ ਕਰਵਾਏ ਗੁਰਦੁਆਰਾ ਲਿਖਣਸਰ ਸਾਹਿਬ ਦੇ, ਅਤੇ ਜੇ ਕੋਈ ਅੱਖਰ ਵਾਧਾ ਘਾਟਾ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ ਜੀ, ਅਤੇ ਆਪਦਾ ਅਣਜਾਣ ਬੱਚਾ ਸਮਝ ਕੇ ਅਤੇ ਇੱਦਾਂ ਮਾਫ਼ੀ ਦੇਣਾ ਜੀ। ਅਤੇ ਜਿਹੜੇ ਵੀਡੀਓ ਨਾਲ ਨਵੇਂ ਜੁੜੇ ਆ ਤਾਂ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ, ਜਿਹੜੇ ਫੇਸਬੁੱਕ ਦੇ ਪੇਜ 'ਤੇ ਦੇਖ ਰਹੇ ਹੈ ਤਾਂ ਇਸ ਨੂੰ ਫੋਲੋ ਕਰ ਲੈਣ ਜੀ। ਇਹ ਪਟਨਾ ਸਾਹਿਬ ਤੋਂ ਲੈ ਕੇ ਜਿਹੜਾ ਹਜ਼ੂਰ ਸਾਹਿਬ ਤੱਕ ਤਕਰੀਬਨ 250-250 ਗੁਰੂ ਘਰਾਂ ਦੀਆਂ ਦੇ ਉੱਪਰ ਵੀਡੀਓ ਆ ਚੁੱਕੀਆਂ ਜੀ, ਅਤੇ ਇਸੇ ਤਰੀਕੇ ਦੇ ਨਾਲ ਤੁਸੀਂ ਜੁੜੇ ਰਹਿਣਾ ਜੀ। ਬੁਲਾਉਂਦੇ ਹੈ ਫਤਿਹ ਦਾ ਸਾਂਝ ਪਾਉਂਦੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।